ਇਹ ਕਰਨੀ ਆ ਕਿ ਸਾਡਾ ਖੂਨ ਜਿਹੜਾ ਉਹ ਕਦੇ ਗਾੜਾ ਹੋ ਜਾਂਦਾ, ਕਦੇ ਪਤਲਾ ਹੋ ਜਾਂਦਾ, ਹੈ ਨਾ। ਸੋ ਗਾੜੇ ਦਾ ਤਾਂ ਲੋਕਾਂ ਨੂੰ ਜਦੋਂ ਗਾੜਾ ਹੋ ਜਾਂਦਾ ਤਾਂ ਡਾਕਟਰ ਸਾਨੂੰ ਕਹਿ ਦਿੰਦੇ ਆ ਵੀ ਇੱਕ ਗੋਲੀ ਲਾ ਦਿੰਦੇ ਆ, ਜਾਂ ਐਸਪਰੀਨ ਖਾਣ ਲਈ ਕਹਿ ਦਿੰਦੇ ਆ, ਬਲੱਡ ਥਿਨਰ ਦੇ ਦਿੰਦੇ ਆ ਕਿ ਆਪਣਾ ਖੂਨ ਪਤਲਾ ਰੱਖੋ ਤਾਂ ਕਿ ਉਹ ਨਾੜੀਆਂ ਦੇ ਵਿੱਚੋਂ ਚੱਲਦਾ ਰਹੇ। ਤੇ ਜੇ ਹੁਣ ਕੀ ਸਾਨੂੰ ਕੀ ਕਿਵੇਂ ਪਤਾ ਲੱਗੂਗਾ ਕਿ ਸਾਨੂੰ ਕਿੰਨਾ ਪਤਲਾ, ਜ਼ਿਆਦਾ ਪਤਲਾ ਖੂਨ ਕੀ ਚੰਗਾ ਹੁੰਦਾ ਸਾਡੀ ਬਾਡੀ ਵਿੱਚ? ਇਸ ਡਿਜ਼ੀਜ਼ ਨੂੰ ਹੈਮੋਫੀਲੀਆ ਕਹਿੰਦੇ, ਜਿਹੜਾ ਤੁਸੀਂ ਕਹਿੰਦੇ ਜੀ ਹੈਮੋਫੀਲੀਆ। ਓਕੇ, ਮਤਲਬ ਬਲੱਡ ਦਾ ਪਤਲਾ ਹੋ ਕੇ ਥੱਲੇ ਚਲੇ ਜਾਣਾ, ਮਤਲਬ ਬਹੁਤ ਲੋ। ਓਕੇ, ਪਰ ਕਈਆਂ ਦਾ ਕੁਝ ਪੇਸ਼ੈਂਟ ਆਉਂਦੇ ਕਹਿੰਦੇ ਜੀ ਸਾਡਾ ਤਾਂ 5 ਹੀ ਰਹਿ ਗਿਆ। ਓਕੇ, ਤਾਂ ਡੈਫੀਸ਼ੈਂਸੀ ਆਫ ਬਲੱਡ, ਖੂਨ ਦੀ ਘਾਟ। ਅੱਛਾ, ਜੇ ਘਾਟ ਨਹੀਂ, ਪਤਲਾ ਤੇ ਘਾਟ ਦੋਨੋਂ ਇੱਕੋ ਚੀਜ਼ ਹੈ ਜੀ, ਕੋਈ ਬਹੁਤਾ ਫਰਕ ਨਹੀਂਗਾ। ਉਹ ਉਹਨਾਂ ਦੇ ਨਹੀਂ, ਕਈਆਂ ਦੇ ਹੁਣ ਗਾੜਾ ਹੋ ਕੇ ਗਾੜਾ ਹੁੰਦਾ ਤੇ ਤਾਂ ਵੀ ਘੱਟ ਹੁੰਦਾ ਨਹੀਂ। ਹਾਂਜੀ, ਉਹ ਵੀ ਘੱਟ ਹੁੰਦਾ, ਬਟ ਉਹ ਊਂ ਥਿਕ ਹੁੰਦਾ ਕਿ ਨਾੜਾਂ ਵਿੱਚ ਦੀ ਚੱਲਦਾ ਨਹੀਂਗਾ ਜੀ। ਜਿਹੜਾ ਬਿਲਕੁਲ ਪਤਲਾ ਹੁੰਦਾ ਉਹਦੇ ਆਪਾਂ ਇਸੇ ਕੁਐਸਚਨ ਦੇ ਆਉਣੇ ਆ ਕਿ ਉਹਦੇ ਨਾਲ ਇੱਕ ਪਲੈਟਲੈਟਸ ਵੀ ਥੱਲੇ ਚਲੇ ਜਾਂਦੇ। ਮੇਰੇ ਹਿਸਾਬ ਨਾਲ ਬਹੁਤਾ ਤਾਂ ਨਹੀਂ, 1.5-2 ਮਹੀਨੇ ਦਵਾਈ ਖਵਾ ਕੇ ਓਕੇ, ਨਾਲੇ ਉਹਦਾ ਜਿਹੜਾ ਪਲੈਟਲੈਟਸ ਅਕਾਊਂਟਸ ਉਹ ਤਾਂ ਹਾਂ ਆ ਜਾਂਦੇ, ਨਾਲੇ ਉਹਦਾ ਜਿਹੜਾ ਹੋਮੋਫੀਲੀ ਆ ਜੀ, ਮਤਲਬ ਬਲੱਡ ਦੀ ਕਮੀ, ਪਤਲਾ ਪੈ ਗਿਆ, ਉਹ ਨਾਰਮਲ ਹੋ ਜਾਂਦਾ। ਓਕੇ, ਬਿਨਾਂ ਕਿਸੇ ਸਾਈਡ ਇਫੈਕਟ ਤੋਂ, ਕੋਈ ਘਬਰਾਉਣ ਦੀ ਲੋੜ ਨਹੀਂ। ਵਕਤ ਫਾਰ ਯੂ ਦ ਹੈਲਥ ਰੇ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੀ ਸਾਰਿਆਂ ਨੂੰ। ਡਾਕਟਰ ਸਾਹਿਬ, ਅੱਜ ਦਾ ਆਪਾਂ ਵਿਸ਼ਾ ਜਿਹੜਾ ਵਾ ਉਹ ਗੱਲ ਇਹ ਕਰਨੀ ਆ ਕਿ ਸਾਡਾ ਖੂਨ ਜਿਹੜਾ ਉਹ ਕਦੇ ਗਾੜਾ ਹੋ ਜਾਂਦਾ, ਕਦੇ ਪਤਲਾ ਹੋ ਜਾਂਦਾ, ਹੈ ਨਾ। ਸੋ ਗਾੜੇ ਦਾ ਤਾਂ ਲੋਕਾਂ ਨੂੰ ਜਦੋਂ ਗਾੜਾ ਹੋ ਜਾਂਦਾ ਤਾਂ ਡਾਕਟਰ ਸਾਨੂੰ ਕਹਿ ਦਿੰਦੇ ਆ ਵੀ ਇੱਕ ਗੋਲੀ ਲਾ ਦਿੰਦੇ ਆ, ਜਾਂ ਐਸਪਰੀਨ ਖਾਣ ਲਈ ਕਹਿ ਦਿੰਦੇ ਆ, ਬਲੱਡ ਥਿਨਰ ਦੇ ਦਿੰਦੇ ਆ ਕਿ ਆਪਣਾ ਖੂਨ ਪਤਲਾ ਰੱਖੋ ਤਾਂ ਕਿ ਉਹ ਨਾੜੀਆਂ ਦੇ ਵਿੱਚੋਂ ਚੱਲਦਾ ਰਹੇ। ਤੇ ਜੇ ਹੁਣ ਕੀ ਸਾਨੂੰ ਕੀ ਕਿਵੇਂ ਪਤਾ ਲੱਗੂਗਾ ਕਿ ਸਾਨੂੰ ਕਿੰਨਾ ਪਤਲਾ, ਜ਼ਿਆਦਾ ਪਤਲਾ ਖੂਨ ਕੀ ਚੰਗਾ ਹੁੰਦਾ ਸਾਡੀ ਬਾਡੀ ਲਈ? ਹਾਂਜੀ ਜੀ, ਤੁਹਾਡਾ ਸਵਾਲ ਬਹੁਤ ਵਧੀਆ। ਮੈਂ ਇਹਦੀ ਪ੍ਰੈਕਟਿਸ ਫੀਲਡ ਦੇ ਦੌਰਾਨ, ਮਤਲਬ ਆਮ ਲੋਕਾਂ ਨੂੰ ਦੇਖਿਆ, ਇਸ ਡਿਜ਼ੀਜ਼ ਨੂੰ ਹੈਮੋਫੀਲੀਆ ਕਹਿੰਦੇ, ਜਿਹੜਾ ਤੁਸੀਂ ਕਹਿੰਦੇ ਜੀ ਹੈਮੋਫੀਲੀਆ। ਓਕੇ, ਮਤਲਬ ਬਲੱਡ ਦਾ ਪਤਲਾ ਹੋ ਕੇ ਥੱਲੇ ਚਲੇ ਜਾਣਾ, ਮਤਲਬ ਬਹੁਤ ਲੋ। ਓਕੇ, ਮਤਲਬ ਜਿਵੇਂ ਉਹਨਾਂ ਦੀ ਬਾਡੀ ਜਨਰੇਟ ਨਹੀਂ ਕਰਦੀ ਜੀ। ਹਾਂ, ਮੈਂ ਮੋਟਾ ਜਿਹਾ ਟਿਪਸ ਦੇ ਦਿੰਦਾ ਕਿ ਅਬਵ 10 ਤੋਂ ਉੱਪਰ ਉੱਪਰ ਹੀਮੋਗਲੋਬਿਨ ਚਾਹੀਦਾ। ਪਰ ਕਈਆਂ ਦਾ ਕੁਝ ਪੇਸ਼ੈਂਟ ਆਉਂਦੇ ਕਹਿੰਦੇ ਜੀ ਸਾਡਾ ਤਾਂ 5 ਹੀ ਰਹਿ ਗਿਆ। ਓਕੇ, ਤਾਂ ਡੈਫੀਸ਼ੈਂਸੀ ਆਫ ਬਲੱਡ, ਖੂਨ ਦੀ ਘਾਟ। ਅੱਛਾ, ਜੇ ਘਾਟ ਨਹੀਂ, ਪਤਲਾ ਤੇ ਘਾਟ ਦੋਨੋਂ ਇੱਕੋ ਚੀਜ਼ ਹੈ ਜੀ, ਕੋਈ ਬਹੁਤਾ ਫਰਕ ਨਹੀਂਗਾ। ਉਹ ਉਹਨਾਂ ਦੇ ਨਹੀਂ, ਕਈਆਂ ਦੇ ਹੁਣ ਗਾੜਾ ਹੋ ਕੇ ਗਾੜਾ ਹੁੰਦਾ ਤੇ ਤਾਂ ਵੀ ਘੱਟ ਹੁੰਦਾ ਨਹੀਂ। ਹਾਂਜੀ, ਉਹ ਵੀ ਘੱਟ ਹੁੰਦਾ, ਬਟ ਉਹ ਊਂ ਥਿਕ ਹੁੰਦਾ ਕਿ ਨਾੜਾਂ ਵਿੱਚ ਦੀ ਚੱਲਦਾ ਨਹੀਂਗਾ ਜੀ। ਜਿਹੜਾ ਬਿਲਕੁਲ ਪਤਲਾ ਹੁੰਦਾ ਉਹਦੇ ਆਪਾਂ ਇਸੇ ਕੁਐਸਚਨ ਦੇ ਆਉਣੇ ਆ ਕਿ ਉਹਦੇ ਨਾਲ ਇੱਕ ਪਲੈਟਲੈਟਸ ਵੀ ਥੱਲੇ ਚਲੇ ਜਾਂਦੇ। ਅੱਛਾ, ਜਿਹੜਾ ਤੁਸੀਂ ਪੁੱਛ ਰਹੇ ਸੀ ਕਿ ਵੀ ਡਾਕਟਰ ਸਾਹਿਬ ਇਹ ਕਿਉਂ ਹੁੰਦਾ, ਜਿਵੇਂ ਬਲੱਡ ਥਿਨਰ ਜ਼ਿਆਦਾ ਖਾਧਾ ਗਿਆ ਜੀ, ਲੋੜ ਤੋਂ ਜ਼ਿਆਦਾ, ਲੌਂਗ ਪੀਰੀਅਡ ਖਾਧਾ ਗਿਆ, ਉਦੋਂ ਬਾਅਦ ਕੁਛ ਪੇਸ਼ੈਂਟ ਦਾ ਵੈਸੇ ਹੀ ਮਤਲਬ ਕੋਈ ਇੱਕ ਡੇਂਗੂ ਫੀਵਰ ਇੰਡੀਆ ਜ਼ਿਆਦਾ ਚੱਲਦਾ ਜੀ, ਇੱਥੇ ਵੀ ਹੋ ਜਾਂਦਾ, ਉਹਦੇ ਨਾਲ ਪਲੈਟਲੈਟਸ ਥੱਲੇ ਚਲੇ ਜਾਣ। 1.5 ਲੱਖ ਹੁੰਦੇ ਜੀ, 1.5 ਲੱਖ ਤੋਂ ਥੱਲੇ ਚਲੇ ਜਾਂਦੇ ਆ, 1.5 ਲੱਖ ਤੋਂ 4.5 ਲੱਖ ਉਹਦੀ ਅਕਾਊਂਟਿੰਗ ਹੁੰਦੀ ਹੈ, ਤੇ ਉਹ ਕਿਤੇ ਜੈ ਜੀ 60 ਲੱਗ ਜੇ ਨਾ, ਬਲੱਡ ਨਹੀਂ ਫਿਰ ਰੁਕਦਾ। ਹਾਂਜੀ, ਉਹਦੇ ਨਾਲ ਫਿਰ ਜਾਨਲੇਵਾ ਵੀ ਹੈ, ਮੌਤ ਵੀ ਹੋ ਸਕਦੀ ਹੈ। ਹਾਂਜੀ, ਜਦੋਂ ਉਹ ਖੂਨ ਨਾ ਰੁਕਿਆ ਤਾਂ ਉਹਦੀ ਕੋਈ ਚਾਰਾ ਨਹੀਂ ਗਾ। ਤਾਂ ਇਸ ਕਰਕੇ ਆਪਦਾ ਬਲੱਡ ਚੈੱਕ ਕਰਾਉਣਾ ਚਾਹੀਦਾ ਹੈ ਕਿ ਇੱਕ ਤਾਂ ਉਹਦੇ ਬਲੱਡ ਕਿੰਨਾ, ਇੱਕ ਉਹਦੇ ਪਲੈਟਲੈਟਸ ਅਕਾਊਂਟ ਕਿੰਨੇ ਆ ਜੀ। ਓਕੇ, ਜਿਵੇਂ ਹੈਮੋਫੀਲੀਆ ਡਿਜ਼ੀਜ਼ ਦਾ ਨਾਂ ਹੈ ਜੀ ਪੂਰਾ, ਤੇ ਉਹ ਖੂਨ ਪਤਲਾ ਹੋ ਕੇ ਉਹਦੀ ਕਮੀ, ਇਹ ਦੋ ਚੀਜ਼ਾਂ ਜੀ। ਤੇ ਹੋਮੋਪੈਥੀ ਦੇ ਵਿੱਚ ਇਹਦੀਆਂ ਬੜੀਆਂ ਵਧੀਆ ਕਾਰਗਰ ਦਵਾਈਆਂ ਜੀ। ਓਕੇ, ਸੋ ਉਹ ਖਾ ਕੇ ਤੁਹਾਡਾ ਜਿਹੜਾ ਖੂਨ ਆ ਉਹ ਬਰਾਬਰ ਹੋ ਸਕਦਾ, ਬਰਾਬਰ ਹੋ ਸਕਦਾ ਜਾਂ ਉਹਦਾ ਜਮਾਓ ਦਰਜਾ। ਓਕੇ, ਨਾਰਮਲ 1.5 ਲੱਖ ਤੋਂ ਜੇ ਤਾਂ ਚਲੇ, ਫਿਰ ਕੋਈ ਘਬਰਾਉਣ ਦੀ ਲੋੜ ਨਹੀਂ ਜੀ। ਓਕੇ, ਸਾਡੇ ਕੋਲ ਪੇਸ਼ੈਂਟ ਆਉਂਦੇ ਕਹਿੰਦੇ ਸਾਨੂੰ ਡੇਂਗੂ ਹੋਇਆ ਸੀ, ਅਸੀਂ ਆਹ ਬਿਮਾਰੀ ਤੋਂ ਬਾਅਦ
ਸਾਡਾ ਪਲੈਟਲੈਟਸ ਅਕਾਊਂਟ ਥੱਲੇ ਚਲੇ ਗਿਆ ਤੇ ਨਾਲ ਸਾਡਾ ਖੂਨ ਪਤਲਾ ਹੋ ਕੇ ਥੱਲੇ ਵੀ ਚਲੇ ਗਿਆ। ਅੱਛਾ ਓਕੇ। ਉਹਨੂੰ ਜੈ ਜੀ ਮਤਲਬ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ ਬਹੁਤਾ ਤਾਂ ਨਹੀਂ 1.5-2 ਮਹੀਨੇ ਦਵਾਈ ਖਵਾ ਕੇ ਓਕੇ, ਨਾਲੇ ਉਹਦਾ ਜਿਹੜਾ ਪਲੈਟਲੈਟਸ ਅਕਾਊਂਟ ਉਹ ਤਾਂ ਹਾਂ ਆ ਜਾਂਦੇ ਜੀ, ਨਾਲੇ ਉਹਦਾ ਜਿਹੜਾ ਹੋਮਿਓਪੈਥੀ ਆ ਜੀ ਮਤਲਬ ਬਲੱਡ ਦੀ ਕਮੀ ਪਤਲਾ ਪੈ ਗਿਆ ਉਹ ਨਾਰਮਲ ਹੋ ਜਾਂਦਾ ਹੈ ਓਕੇ, ਬਿਨਾਂ ਕਿਸੇ ਸਾਈਡ ਇਫੈਕਟ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ। ਹਾਂ ਪੇਸ਼ੈਂਟ ਨੂੰ ਇਹ ਜ਼ਰੂਰ ਦੱਸਣਾ ਪਊ ਜਿਵੇਂ ਤੁਸੀਂ ਬਲੱਡ ਥਿਨਰ ਦੀ ਵੀ ਗੱਲ ਕਹੀ ਹੈ ਕਿ ਵੀ ਉਹਨੇ ਖਾਧਾ ਕੀ ਇਹ ਜਾਂ ਉਹਨੂੰ ਕਿਤੇ ਕੋਈ ਮੈਡੀਸਿਨ ਇਹ ਜਿਹੀ ਲੱਗ ਗਈ ਜਾਂ ਕਿਤੇ ਉਹਨੂੰ ਕੋਈ ਡੇਂਗੂ ਫੀਵਰ ਹੋ ਗਿਆ। ਇੰਡੀਆ ਜ਼ਿਆਦਾ ਹੁੰਦਾ ਇਸ ਕਰਕੇ ਉਹ ਉਸਨੂੰ ਰਿਕਵਰ ਕਰਨ ਵਾਸਤੇ ਉਹ ਸਾਡੇ ਕੋਲ ਜਦੋਂ ਮਰਜ਼ੀ ਆਵੇ ਜੇ ਸਕਰੀਨ ਤੇ ਆਪਣਾ ਨੰਬਰ ਆਉਂਦਾ ਹੋਣਾ ਜੀ ਉਹ ਤੇ ਆ ਕੇ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਦੂਜਾ ਤੁਹਾਨੂੰ ਖੁਦ ਨੂੰ ਵੀ ਪਤਾ ਲੱਗ ਜਾਂਦਾ ਕਿ ਜੇ ਤੁਹਾਡੇ ਕਿਤੇ ਸੱਟ ਲੱਗਦੀ ਆ ਤਾਂ ਤੁਸੀਂ ਦੇਖੋ ਕਿ ਤੁਹਾਡਾ ਖੂਨ ਜਦੋਂ ਤੁਸੀਂ ਐਂ ਦੱਬਦੇ ਹੋ ਤੇ ਕਿੰਨੀ ਦੇਰ ਚ ਬੰਦ ਹੁੰਦਾ, ਬੰਦ ਹੁੰਦਾ ਉਹਦਾ ਉਹਦਾ ਕਲੌਟ ਬਣਨਾ ਜ਼ਰੂਰੀ ਹੈ ਜੀ। ਹਾਂ, ਜੇ ਕਲੌਟ ਨਹੀਂ ਬਣਦਾ ਵੀ ਨਹੀਂ ਜੰਮਦਾ ਤਾਂ ਆਪਦੇ ਪਲੈਟਲੈਟਸ ਅਕਾਊਂਟ ਜ਼ਰੂਰ ਚੈੱਕ ਕਰਾਇਓ ਜੀ ਓਕੇ, ਤੇ ਉਹ ਪਤਾ ਲੱਗ ਸਕੇ। ਜੇ 1.5 ਲੱਖ ਤੋਂ ਉੱਪਰ ਹੈ ਫਿਰ ਘਬਰਾਉਣ ਦੀ ਕੋਈ ਲੋੜ ਨਹੀਂ, ਜੇ 1.5 ਲੱਖ ਤੋਂ ਥੱਲੇ ਹੈ ਸਪੋਜ਼ ਕਰੋ 60,000 ਹੈ 90,000 ਹੈ ਤਾਂ ਕੁਛ ਦੇਰ ਮੈਡੀਸਿਨ ਖਾ ਕੇ ਜਾ ਜੀ। ਸੋ ਫਿਰ ਕਈ ਵਾਰੀ ਦੂਜੀਆਂ ਦਵਾਈਆਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਉਹ ਤੁਹਾਨੂੰ ਦੂਜੀਆਂ ਦਵਾਈਆਂ ਦਿੰਦੇ ਆ ਪਰ ਜਦੋਂ ਤੁਸੀਂ ਦੂਜੀ ਕੋਈ ਦਵਾਈ ਖਾਂਦੇ ਹੋ ਉਹਦਾ ਤੁਹਾਡੇ ਲਿਵਰ 'ਤੇ ਇਫੈਕਟ ਪੈਂਦਾ, ਉਹ ਮੇਰੇ 'ਤੇ ਪੈ ਚੁੱਕਿਆ ਕਿਉਂਕਿ ਮੈਨੂੰ ਮੈਂ ਸਿਰਫ ਆਪਣੇ ਨਹੁੰ ਨੂੰ ਫੈਟੀ ਲਿਵਰ ਸਿਰਫ ਕਿਉਂ ਹੋ ਗਿਆ ਕਿਉਂਕਿ ਮੈਨੂੰ ਪੂਰਾ 1 ਮਹੀਨਾ ਮੇਰੇ ਨਹੁੰ ਦੇ ਅੰਦਰ ਇਨਫੈਕਸ਼ਨ ਹੋ ਗਈ ਸੀ, ਮੈਂ ਆਰਟੀਫਿਸ਼ਲ ਨਹੁੰ ਲਵਾ ਕੇ ਚਲੀ ਗਈ ਸੀ ਇੰਡੀਆ ਜਾ ਕੇ, ਉਹਦੇ ਵਿੱਚ ਇਨਫੈਕਸ਼ਨ ਹੋ ਗਈ। ਮੈਂ ਇੱਥੇ ਆਈ ਤਾਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਸੀ ਕਿ ਜੈਸ ਜੀ ਨਾ ਲਓ ਦਵਾਈ, ਇੰਨਾ ਜ਼ਿਆਦਾ ਮੈਨੂੰ ਬੁਰਾ ਲੱਗ ਰਿਹਾ ਸੀ ਕਿਉਂਕਿ ਹੱਥਾਂ ਨਾਲ ਕੰਮ ਕਰਨਾ ਸੀ ਤੇ ਮੈਂ ਸੋਚਿਆ ਕਿ ਡਾਕਟਰ ਸਾਹਿਬ ਦੀ ਦਵਾਈ ਸ਼ਾਇਦ ਹੌਲੀ ਹੌਲੀ ਕੰਮ ਕਰੂਗੀ, ਮੈਂ ਪਹਿਲਾਂ ਦੂਸਰੀ ਦਵਾਈ ਲੈ ਲਾ। ਇੱਕ ਬਿਮਾਰੀ ਹੋਰ ਸੇੜੀ ਉਹਦੀ ਹੁਣ ਦਵਾਈ ਸਾਨੂੰ ਦਿੱਤੀ ਤੇ ਉਹਦੀ ਉਹ ਜਦੋਂ ਮੈਂ ਉਹ ਖਾਧਾ ਲਗਾਤਾਰ 1 ਮਹੀਨਾ ਖਾਧੀਆਂ ਤੇ ਮੇਰਾ ਲਿਵਰ ਜਿਹੜਾ ਉਹ ਫੈਟੀ ਆ ਗਿਆ, ਲਿਵਰ ਤੇ ਮੈਨੂੰ ਖੁਦ ਨੂੰ ਪ੍ਰੋਬਲਮ ਪਤਾ ਲੱਗਣ ਲੱਗ ਗਈ ਕਿ ਮੈਨੂੰ ਢਕਾਰ ਆ ਰਿਹਾ ਜਾਂ ਮੈਨੂੰ ਇਹ ਹੋ ਰਿਹਾ, ਤਾਂ ਫਿਰ ਹੁਣ ਡਾਕਟਰ ਸਾਹਿਬ ਤੋਂ ਮੈਂ ਲਿਵਰ ਦੀ ਦਵਾਈ ਲਈ ਗਿਆ ਤੇ ਆਈ ਫੀਲ ਗੁੱਡ। ਉਸ ਤੋਂ ਬਾਅਦ ਸੋ ਕਈ ਵਾਰੀ ਅਸੀਂ ਹੁਣ ਤੁਹਾਡਾ ਲਿਵਰ ਠੀਕ ਹੋ ਜਾਣਾ, ਹਾਂਜੀ ਜਾਂ ਫੀਲ ਹੁੰਦਾ ਜਦੋਂ ਚੈੱਕ ਕਰਾਵਾਂਗੇ ਜਾਂ। ਸੋ ਉਹਦਾ ਜਿਹੜੀ ਇਹ ਚੀਜ਼ ਆ ਕਿ ਕਈ ਵਾਰੀ ਅਸੀਂ ਹਰ ਚੀਜ਼ ਨੂੰ ਫਾਸਟਰ ਲਈ ਲੱਭਦੇ ਹਾਂ ਕਿ ਫਾਸਟਰ ਲਈ ਬਾਅਦ ਚੋਂ ਦੇ ਰਿਜ਼ਲਟ ਉਲਟੇ ਆ ਜਾਂਦੇ ਨੇ, ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਖੂਨ ਵਗਦਾ ਪਤਲਾ ਹੋ ਗਿਆ ਤੁਹਾਨੂੰ ਲੱਗਦਾ ਤਾਂ ਚੈੱਕ ਜ਼ਰੂਰ ਕਰਾਓ ਡਾਕਟਰ ਸਾਹਿਬ ਨੂੰ, ਬਾਕੀ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ ਤੁਸੀਂ। ਹੁਣ ਸਾਡਾ ਟਾਈਮ ਹੋ ਗਿਆ ਸੋ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਪਰ ਇਹਨੂੰ ਕਹਿੰਦੇ ਆ ਹੋਮੋਫੀਲੀਆ, ਹੋਮੋਫੀਲੀਆ ਦਵਾਈ ਬਿਮਾਰੀ ਹੈ ਇੱਕ ਖੂਨ ਦੇ ਪਤਲੇ ਹੋਣ ਦੀ, ਜਿਹੜਾ ਕਿ ਐਸਪਰੀਨ ਜੇ ਜ਼ਿਆਦਾ ਖਾਂਦੇ ਹੋ ਤੇ ਤਾਂ ਵੀ ਉਹਨੂੰ ਥੋੜ੍ਹੀ ਦੇਰ ਲਈ ਸਟੋਪ ਕਰ ਦਿਆ ਕਰੋ, ਲਗਾਤਾਰ ਐਸਪਰੀਨ ਨਾ ਖਾਇਆ ਕਰੋ, ਇਹ ਨਾ ਸੋਚਿਆ ਕਰੋ ਖੂਨ ਪਤਲਾ ਕਰਨਾ, ਤਾਂ ਇਹ ਸਾਰੇ ਕਾਸੇ ਦੀ ਜਾਣਕਾਰੀ ਡਾਕਟਰ ਸਾਹਿਬ ਲੈ ਸਕਦੇ ਹੋ। ਸੋ ਥੈਂਕ ਯੂ ਬਹੁਤ ਬਹੁਤ ਪ੍ਰੋਗਰਾਮ ਨੂੰ ਅੱਜ ਕਰਨ ਦੇ ਲਈ। ਸਤਿ ਸ਼੍ਰੀ ਅਕਾਲ।